ਜਿਹੜੇ ਇੱਥੇ ਨੱਚਣਾ ਪਾਉਣ। ਲਵ ਯੂ ਗਾਇਜ਼। ਇੱਕ ਵਾਰੀ ਫਾਈਬਰਵਲ ਮੀਡੀਆ ਵਾਸਤੇ ਤਾੜੀ ਮਾਰੋ ਪ੍ਰਮੋਟਰ ਨੇ। ਇੱਕ ਵਾਰੀ ਬਹੁਤ ਸੋਹਣਾ ਪ੍ਰੋਗਰਾਮ ਕੀਤਾ, ਬਹੁਤ ਸੋਹਣਾ ਵੀ ਪਹੁੰਚਿਆ ਮੇਰਾ। ਇੱਥੇ ਕੋਈ ਕੰਮ ਨਹੀਂ ਬਾਈ, ਮੈਂ ਤਾਂ ਰੈਪਰ ਹਾਂ ਨਾ, ਮੈਂ ਤਾਂ ਲੋਕਾਂ ਨਾਲ ਸੀੜੀ ਨਾਲ ਸਟੇਜ ਲਾਈਦਾ ਨਾ। ਪਰ ਬਾਈ ਇਹ ਤਾਂ ਲੋਕ ਤੈਨੂੰ ਇੰਨਾ ਪਿਆਰ ਕਰਦੇ ਹੋ ਬਾਈ, ਕਰਕੇ ਤੈਨੂੰ ਆਉਣਾ ਹੀ ਪੈਣਾ। ਮੈਂ ਕਿਹਾ ਜੇ ਤੈਨੂੰ ਪਹਿਲਾਂ ਨਹੀਂ ਸੀ ਪਤਾ। ਆਈ ਲਵ ਯੂ ਗਾਇਜ਼ ਬ੍ਰੋ। ਆਹਾ ਭਰਾ ਸਾਡਾ ਦੇਖੋ, ਇੰਨਾ ਪਿਆਰ ਤੁਸੀਂ ਕੀ ਦਿੱਤਾ ਮੈਨੂੰ ਬ੍ਰੋ, ਮੈਂ ਇਹਦਾ ਆਸਾਨ ਕਿਤੇ ਨਹੀਂ ਮੌਕੇ ਕਰ ਸਕਦਾ ਨਾ। ਥੈਂਕ ਯੂ। ਮੈਨੂੰ ਹੁਣ ਦੱਸਦੇ ਨਹੀਂ, ਮੇਰੀ ਫੈਮਲੀ ਬੈਠੀ, ਅੱਪੂ ਵਾਲੇ ਮੁੰਡੇ ਬੈਠੇ ਇੱਥੇ, ਹੈਪੀ ਦੇ ਬਿੱਲ ਲੈਣਾ। ਲਵ ਯੂ ਗਾਇਜ਼ ਬ੍ਰੋ। ਅਗਲਾ ਗਾਣਾ ਤੁਸੀਂ ਸਾਰਿਆਂ ਨੇ ਜ਼ਰੂਰ ਸੁਣਿਆ। ਇਹ ਗਾਣਾ ਹੋਇਆ ਕਿ ਅਸੀਂ ਸੋਹਾ ਗਾਣਾ ਕੱਢਿਆ ਹੈ ਨਾ 2017 ਦੇ ਵਿੱਚ। ਗਾਣਾ ਤਾਂ ਅਸੀਂ ਕੱਢਤਾ ਅਤੇ ਅਸੀਂ ਦੋਨੇ, ਗਾਣਾ ਇੰਨਾ ਚੱਲਿਆ ਬਹੁਤ ਸੀਗਾ, ਸਾਨੂੰ ਉਮੀਦ ਨਹੀਂ ਸੀਗਾ ਨਾ ਕਿ ਇੰਨਾ ਚੱਲਣਾ। ਅਤੇ ਅਸੀਂ ਬੈਠੇ ਸੋਚੀ ਜਾਂਦੇ ਯਾਰ ਹੁਣ ਗਾਣਾ ਤਾਂ ਚੱਲ ਪਿਆ, ਹੁਣ ਆ ਬਾਈ ਨੂੰ ਇੱਥੇ ਰੱਖਣਾ ਕਿਵੇਂ ਹੈ ਨਾ। ਸਾਨੂੰ 10 ਸਾਲ ਹੋ ਗਏ ਸੀ ਉਹ ਮਿਹਨਤ ਕਰਦੇ ਨੂੰ, ਅਤੇ ਅਸੀਂ ਆਖੇ ਜੇ ਅਸੀਂ ਉਹਨੂੰ ਕੁਛ ਦਿਖਾ ਜਾਣਾ, ਇਹਨੇ ਤੁਰ ਪੈਣਾ, ਇਹਨੇ ਹੋਰ ਕਿਸੇ ਨਾਲ ਗਾਣੇ ਕਰਨ ਲੱਗ ਜਾਣਾ। ਅਤੇ ਮੈਂ ਤਾਂ ਬੜ ਬੈਠੇ ਅਸੀਂ ਦਿਮਾਗ ਲਗਾਉਣ 'ਤੇ, ਸਕੀਮ ਨੂੰ ਉਹ ਲੱਗ ਗਿਆ ਇਹਨੂੰ ਵਾਪਸ ਲੈ ਕੇ ਆਉਣਾ ਸਟੂਡੀਓ ਦੇ ਵਿੱਚ। ਫਿਰ ਮੈਂ ਗਾਣਾ ਲਿਖਿਆ ਏਸਾ ਜੱਟ ਹੈ ਨਾ, ਕਿਹਨੇ ਸੁਣਿਆ ਏਸਾ ਜੱਟ। ਉਹ ਗਾਣਾ ਮੈਂ ਅੱਜ ਹੀ ਪੰਜਾਬੀ ਨਾਲ ਲਿਖਦਾ, ਮਾੜਾ ਮੋਟਾ ਜਿਹਾ ਨਾਲ ਲਿਖ ਹੁੰਦਾ ਸੀ ਹੈ ਨਾ। ਅਤੇ ਮੈਂ ਬਾਈ ਨੂੰ ਬੁਲਾਇਆ, ਮੈਂ ਫੋਨ ਲਾਇਆ, ਮੈਂ ਕਿਹਾ ਬਾਈ ਆਇਆ ਇੱਧਰ ਨੂੰ, ਉਹ ਹੰਬਰ ਕਾਲਜ ਪੜ੍ਹਦਾ ਸੀ ਬਾਈ ਉਦੋਂ। ਅਤੇ ਉਹ ਝੱਟ ਆ ਗਿਆ, ਉਹਨੂੰ ਗਾਣਾ ਸੁਣਾਇਆ, ਫਿਰ ਬਾਈ ਨੇ ਤੁਹਾਡੇ ਸਾਹਮਣੇ ਗਾਣਾ ਲਿਖਿਆ। ਉਹ 'ਚ ਮੈਂ 2 ਲਾਈਨਾਂ ਸਾਂਝੀਆਂ ਕਰਦਾ ਤੁਹਾਡੇ ਨਾਲ। ਸਿੱਧੂਆਂ ਦਾ ਪੁੱਤ ਤੇਰਾ ਯਾਰ ਪੂਰਾ ਜੱਟ, ਭੈਣਾਂ ਦੇ ਸਨੀ ਤੇਰਾ ਗਲਾ ਬੜਾ ਅੱਟ, ਪਹਿਲੋਂ ਨਹੀਂ ਸੀ ਪਤਾ ਹੁਣ ਪਤਾ ਤੈਨੂੰ ਕਾਕਾ, ਤੇਰੇ ਸ਼ਹਿਰ ਆ ਕੇ ਮੇਰੇ ਯਾਰ ਮਾਰਦੇ ਡਾਕਾ। ਹਾ ਹੁਣ ਬਸ ਹੋ ਗਈ ਤੇਰੀ, ਹੁਣ ਮੇਰੇ ਨਾਲ ਫੀਚਰ ਦੀ ਉਹ ਗੱਲ ਵੀ ਨਾ ਛੇੜੀ, ਦੇਖ ਲਾ ਕੇ ਮੇਰੇ ਗਾਣੇ ਮੁੰਡੇ ਮਾਰ ਦੇਣੇ ਗੇੜੀ, ਹੁਣ ਟਾਈਮ ਆਇਆ ਮੇਰਾ ਗੱਲ ਵਸਦੀ ਨਾ ਤੇਰੀ ਆਉਣ ਦੇ ਬਾਈ। Yeah, Sonny Martin, okay, Sidhu Moosewala, I'm a brown boy. ਨਾਮ ਦੇ ਬਲੈਂਡ ਮਹਿੰਗੀਆਂ ਨੇ ਗੱਡੀਆਂ, ਕਸਟਮ ਪਲੇਟਾਂ ਮੂਹਰਾਂ ਨੇ ਛੱਡੀਆਂ, ਚੌੜੇ ਚੌੜੇ ਰਿਮ ਧਰਤੀ ਨੂੰ ਨਾਪਦੇ, ਦੇਖਦੇ ਆ ਲੋਕ ਚੱਕ ਚੱਕ ਅੱਡੀਆਂ ਤੱਕ, ਲੱਲੀ ਛੱਲੀ ਜਾਂਦੀ ਪਿੱਛੇ ਹਟ ਇਸ ਜੱਟ, ਮੂੰਹ ਬਹੁਤ ਬੋਲਦੇ ਆ ਕੱਟ ਇਸ ਜੱਟ, ਦਿਲਾਂ ਉੱਤੇ ਮਾਰਦੇ ਆ ਸੱਟੇ, ਵੈਰੀ ਦਿੰਦੇ ਜੜਾਂ ਵਿੱਚੋਂ ਪੱਟ ਇਸ ਜੱਟ, ਤੇਰੇ ਯਾਰ ਜੇ ਕਰਾਉਂਦੇ ਜਿਹੜੇ ਆ ਇਸ ਜੱਟ, ਮੂੰਹ ਬਹੁਤ ਬੋਲਦੇ ਆ ਕੱਟ ਇਸ ਜੱਟ, ਦਿਲਾਂ ਉੱਤੇ ਮਾਰਦੇ ਆ ਸੱਟੇ, ਵੈਰੀ ਦਿੰਦੇ ਜੜਾਂ ਵਿੱਚੋਂ ਪੱਟ ਇਸ ਜੱਟ। Every time I'm in your city, take a photo, baby, I wear my heart on my sleeve like a logo, baby. Niggas try to take me out, that's a no-go, baby. I'm taking shots at your head like a go-go, baby. Let me tell you why these other niggas crazy. I ain't never been stepping, but I'm wavy. All the way from beat down to Surrey, man, I know they heard of us. But since they want the track, man, they call us murderers. I'm telling you, ਸਿੱਧੂਆਂ ਦਾ ਪੁੱਤ ਤੇਰਾ ਯਾਰ ਪੂਰਾ ਜੱਟ, ਭੈਣਾਂ ਦੇ ਸਾਰੀ ਤੇਰਾ ਗਾਣਾ
ਸਤਾਦ ਮੰਨਦੇ ਹੌਲ ਦੁਆ ਮੰਦਿਰ ਜਿਹੜੀ ਹੈ ਤੇ ਕਰਦੀ ਬੱਚੇ ਬੱਚੇ ਨੂੰ ਦੇ ਗਿਆ ਨਾ ਮਰ ਇਸ ਜੱਟ ਨੂੰ ਬਹੁਤ ਬੋਲਦੇ ਆ ਕੱਟ ਇਸ ਜੱਟ ਦਿਲਾਂ ਦੇ ਮਾਰਦੇ ਆ ਸੱਤੇ ਮੇਰੀ ਦਿੰਦੇ ਜੜਾਂ ਵਿੱਚੋਂ ਪੱਟ ਇਸ ਜੱਟ ਦੇ ਯਾਰ ਜੇ ਕਰਾਉਂਦੇ ਜਿਹੜੇ ਆ ਇਸ ਜੱਟ ਨੂੰ ਬਹੁਤ ਬੋਲਦੇ ਆ ਕੱਟ ਇਸ ਜੱਟ ਦਿਲਾਂ ਦੇ ਮਾਰਦੇ ਆ ਸੱਤੇ ਮੇਰੀ ਦਿੰਦੇ ਜੜਾਂ ਵਿੱਚੋਂ ਪੱਟ ਹਾਂਜੀ 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 ਮੈਨੂੰ ਆਇਆ ਕਿ ਤੁਹਾਨੂੰ ਪੰਜ ਮਿੰਟ ਹੀ ਹੈ ਪ੍ਰੋਗਰਾਮ ਤਾਂ ਬਹੁਤ ਸੋਹਣਾ ਅਸੀਂ ਤਿਆਰ ਕੀਤਾ ਜੀ ਤੁਹਾਡੇ ਨੇ ਮੈਨੂੰ ਲੱਗਦਾ ਟਾਈਮ ਘੱਟ ਆਪਣੇ ਵੇਲੇ ਆਹ ਗਾਣਾ ਆਹ ਕਹਾਣੀ ਦੱਸ ਤੁਹਾਨੂੰ ਆਹ ਗਾਣਾ ਮੈਨੂੰ ਬਾਈ ਕਹਿੰਦਾ ਕਿ ਆਹ ਜਿਹੜਾ ਪੰਜਾਬੀ ਪਹਿਲਾਂ ਸੁਣਿਆ ਮੇਰਾ ਇਹ ਮੇਰਾ ਪਹਿਲਾ ਰੈਪ ਸੀ ਪੰਜਾਬੀ ਦੇ ਵਿੱਚ ਇਸ ਜੱਟ ਵਿੱਚ ਨਾ ਅਸੀਂ ਇੱਥੇ ਜੰਪ ਵਾਲਾ ਸਾਡੀ ਪੰਜਾਬੀ ਜਿੰਨੇ ਠੀਕ ਠਾਕ ਸੀ ਉਦੋਂ 2017 ਦੇ ਵਿੱਚ ਨਾ ਬੇਬੇ ਸਾਡੇ ਨਾਲ ਰਹਿੰਦੀ ਸੀ ਜਿੰਨੇ ਜੋਗੇ ਨਾਲ ਉਹਦੇ ਨਾਲ ਬੋਲਣੀ ਸੀਗੀ ਉੱਨੀ ਰੱਖੀ ਸੀ ਹੈਨਾ ਪਰ ਬਾਈ ਕਹਿੰਦਾ ਹਾਂ ਲੱਸੀ ਵੀ ਪੀਤੀ ਬਾਈ ਤੈਨੂੰ ਵੀ ਬੁਲਾਉਂਗੇ ਬਾਅਦ 'ਚ ਮਾਹੌਲ ਵਧੀਆ ਲੱਸੀ ਪੀਤੀ ਵਾਲਾ ਆਹ ਖੇਡ ਖੜਾਈ ਵਾਲਾ ਚੱਲ ਰਿਹਾ ਮੈਂ ਬਾਈ ਤੋਂ ਸਿੱਖ ਆਇਆ ਸਾਰੇ ਕੁਛ ਦੇਖ ਲਾ ਹਾਂ ਇਹ ਜੀ ਗੱਲ ਨਹੀਂ ਠੀਕ ਆ ਇਹ ਗੱਲ ਬਹੁਤ ਬਹੁਤ ਸੋਹਣੀ ਸੀ ਨਾ ਬਾਈ ਨੇ ਸ਼ੁਕਰ ਆ ਬਾਈ ਜਿਹੜੀ ਆਖਰੀ ਲਾਈਫ ਸੀ ਬਾਈ ਦੀ ਆਪਣੀ ਨਾ ਉਹ ਵੀ ਮਜ਼ਾਕ ਹੀ ਸੀ ਆਪਣੇ ਉਹ ਵੀ ਕਹਿ ਗਿਆ ਤੁਹਾਨੂੰ ਕਿ ਲੱਸੀ ਬੜੀ ਸਵਾਦ ਸੀ ਨਾ ਚਲੋ ਮੈਂ ਕਹਾਣੀ ਮੁਕਾਵਾਂ ਅਤੇ ਜਿਹੜੀ ਮੈਂ ਪੰਜਾਬੀ ਰੈਪ ਕੀਤੀ ਇਹ 'ਚ ਮੈਨੂੰ ਉਹ ਪਹਿਲੀ ਵਾਰੀ ਸੀ ਮੇਰੇ ਲਈ ਸੋ ਔਖਾ ਸੀਗਾ ਪਰ ਉਹ ਤੋਂ ਮੈਨੂੰ ਇੱਕ ਕੀੜਾ ਜਿਹਾ ਪੈ ਗਿਆ ਮੈਂ ਆਖਿਆ ਪੰਜਾਬੀ ਰੈਪ ਵੀ ਲਿਖੀ ਕੀ ਪਿਓ ਮੰਨ ਲਿਆ ਉਹ ਵੀ ਆਊਗਾ ਬਾਈ ਉਹ ਵੀ ਆਊਗਾ ਫਿਰ ਮੈਂ ਪੰਜਾਬੀ ਰੈਪ ਗਾਣਾ ਲਿਖਿਆ ਹੁਣ ਤਾਂ ਬਾਈ
I love you. Thank you. ਤੁਸੀਂ ਇੰਨਾ ਪਿਆਰ ਦਿਖਾ ਰਹੇ ਮੈਨੂੰ ਹੁਣ। ਜੇ ਬਾਈ ਅੱਜ ਹੁੰਦਾ ਇੱਥੇ ਗੱਲ ਹੀ ਹੋਰ ਹੋਣੀ ਸੀ ਨਾ। ਸੌਰੀ ਬਾਈ ਸੁਣਦਾ ਨੀ। ਮੇਰੇ ਨਾਲ ਅੱਜ ਮੇਰਾ ਭਰਾ ਆਇਆ ਗੁਰੀ, ਆਈ ਆ ਮੇਰਾ ਛੋਟਾ ਭਰਾ ਗੁਰੀ, ਹਨਾ। ਅਸੀਂ ਕਿਹਾ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਦੇ ਹਾਂ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ। ਇਹਨੇ ਛੋਟਾ ਭਰਾ ਮੇਰਾ, ਇਹਨੇ ਤੁਹਾਡੇ ਨਾਲ ਦੋ ਗੱਲਾਂ ਇੰਨਾ ਸਾਂਝੀ ਕਰਨੀ ਆ, ਫਿਰ ਲੈਵਲ ਲਾਵਾਂਗੇ। ਜਦੋਂ ਗਾਣਾ ਲੈਵਲ ਆ ਗਿਆ ਸਾਰੇ ਇਹਨੇ ਨੱਚਣਾ ਮੇਰੇ ਨਾਲ। ਜੇ ਬਾਈ ਹੁੰਦਾ ਨਾ, ਬਾਈ ਨੇ ਆਖਿਆ ਸੀ ਮੈਨੂੰ ਬਾਈ ਲੈਵਲ 'ਤੇ ਭੰਗੜਾ ਪਾਉਣਾ ਆਪਾਂ, ਪਰ ਬਾਈ ਹੈ ਨਹੀਂ, ਪਰ ਤੁਹਾਡਾ ਸਹਾਰੇ ਨਾਲ ਪਸੰਦ ਭੰਗੜਾ ਪਾਉਣਾ ਬਾਅਦ 'ਚ, ਠੀਕ ਆ। ਆਇਆ ਦੋ ਲੈਣਾ ਸੁਣਾ ਦਿਓ ਇਹਨੂੰ, ਜਿੰਨਾ ਪਿਆਰ ਮੈਨੂੰ ਦਿਖਾਉਂਦੇ ਹੋ ਇੰਨਾ ਹੀ ਦਿਖਾਉਣਾ ਬਾਈ ਨੂੰ। ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਭਾਈ ਮੇਰੇ ਵੱਲੋਂ, ਅਤੇ ਮੈਂ ਦਿਲੋਂ ਧੰਨਵਾਦੀ ਹਾਂ ਜਿੰਨੇ ਵੀ ਮੇਰੇ ਭੈਣ ਭਰਾ ਇੱਥੇ ਪਹੁੰਚੇ ਨੇ। ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲਊਂਗਾ, ਮੈਂ ਇੱਕ ਗਾਣਾ ਤੁਹਾਡੇ ਸਾਹਮਣੇ ਪੇਸ਼ ਕਰਨ ਚਾਹੁੰਦਾ, ਅਤੇ ਉਹਨਾਂ ਲਈ ਹੈ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹੇ ਨੇ, ਹੈ ਨਾ। ਅਤੇ ਗਾਣਾ ਕਹਿੰਦੇ, ਹੁਣ ਹੀ ਤੂੰ ਜੰਮੀ ਪਲੀ ਟੋਪ ਦੇ ਸਕੂਲਾਂ 'ਚ, ਸਾਡਾ ਸਰਕਾਰੀਆਂ ਦਾ ਵਾਹ ਪਿਆ ਏ। ਬਾਈ ਹੱਥ ਖੜਾ ਕਰ ਦਿਓ ਮਾੜਾ ਜਿਹਾ, ਜਿਹੜੇ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹੇ ਨੇ। ਕਹਿੰਦਾ, ਹੋਨੀ ਤੂੰ ਜੰਮੀ ਪਲੀ ਟੋਪ ਦੇ ਸਕੂਲਾਂ 'ਚ, ਸਾਡਾ ਸਰਕਾਰੀਆਂ ਦਾ ਵਾਹ ਪਿਆ ਏ। ਉਹ ਤੈਨੂੰ ਸ਼ੁਰੂ ਤੋਂ ਹੀ ਸਾਰੇ ਇਹ ਕੀ ਟੱਕਰੇ, ਪਾਈਆਂ ਖੁੱਦੀਆਂ 'ਚ ਨਾਮ ਸਾਡਾ ਗਿਆ ਏ। ਉਹ ਤੈਨੂੰ ਸ਼ੁਰੂ ਤੋਂ ਹੀ ਸਾਰੇ ਇਹ ਕੀ ਟੱਕਰੇ, ਪਾਈਆਂ ਖੁੱਦੀਆਂ 'ਚ ਨਾਮ ਸਾਡਾ ਗਿਆ ਏ। ਹੋਵੇ ਤੂੰ ਹੋ ਜਾਣਾ ਤੰਗ, ਅਸੀਂ ਬੰਦਿਆਂ ਮਲੰਗ, ਸਾਡੇ ਨਾਲ ਨਾਰਕਾ ਨੇ ਯਾਰੀ ਲਾ। ਹੋਵੇ ਤੂੰ ਸ਼ਹਿਰ ਨੇ ਨੀ ਕਰਦੀ ਹੋਏਗੀ ਚਿਲਨੀ, ਅਸੀਂ ਪੇਂਡੂਆਂ ਨੀ ਅਸੀਂ ਪਾਉਂਦੇ ਗਾ। ਜਿਹੜੇ ਫੋਨਾਂ ਨੂੰ ਤੂੰ ਬਿਲੋਂ ਸਾਂਭ ਸਾਂਭ ਰੱਖ ਲਈ, ਸਾਡੇ ਸਿਰੀ ਕੋਲੋਂ ਪੁੱਛੀ ਉਹਦਾ ਨਾਂ। ਉਹ ਤੇਰਾ ਹੋਣਾ ਜਾਣਾ ਹੋਂਡਾ ਸਿਟੀਆਂ ਦੇ ਵਿੱਚ ਨਹੀਂ, ਅਸੀਂ ਸ਼ੌਂਕ ਨਾਲ ਬੁਲਟ ਪੁੱਠਾ ਰੱਖਿਆ। ਬਾਈ ਤਾੜੀ ਮਾਰ ਦਿਓ ਜਿਹੜੇ ਜਿਹੜਾ ਨੇ ਪਿੰਡ ਪੁੱਠਾ ਬੁਲਟ ਰੱਖਿਆ, ਪੁੱਠੇ ਗੇਰਾਂ ਵਾਲਾ। ਆਹ ਗੱਲਾਂ ਬਾਰੇ ਮੈਨੂੰ ਨੀ ਪਤਾ, ਇਹਨੂੰ ਪਤਾ। ਉਹ ਤੇਰਾ ਹੋਣਾ ਜਾਣਾ ਹੋਂਡਾ ਸਿਟੀਆਂ ਦੇ ਵਿੱਚ ਨਹੀਂ, ਅਸੀਂ ਸ਼ੌਂਕ ਨਾਲ ਬੁਲਟ ਪੁੱਠਾ ਰੱਖਿਆ। ਉਹ ਜਿਹੜਾ ਵੀਕਐਂਡ ਉੱਤੇ ਤੁਸੀਂ ਬੁੱਕ ਰੱਖਦੇ, ਉਹ ਹੋਟਲ ਵੀ ਨਿੱਤ ਬੁੱਕ ਰੱਖਿਆ। ਉਹ ਇੱਕ ਟੌਮੀ ਕੁੱਤਾ ਤੇਰਾ, ਉਹਦਾ ਨਖਰਾ ਬਥੇਰਾ, ਸਾਡੇ ਸ਼ੇਰੂ ਨਾਲ ਜੱਪ ਤਾਂ ਪਵਾ। ਹੋਵੇ ਤੂੰ ਸ਼ਹਿਰ ਤੇ ਨੀ ਕਰਦੀ ਹੋਏਗੀ ਚੱਲਣੀ, ਅਸੀਂ ਪੇਂਡੂਆਂ ਨੀ ਅਸੀਂ ਪਾਉਂਦੇ ਗਾ। ਜਿਹੜੇ ਫੋਨਾਂ ਨੂੰ ਤੂੰ ਬਲੋ ਸਾਂਭ ਸਾਂਭ ਰੱਖਦੀ, ਜਾ ਕੇ ਸਿਰੀ ਕੋਲ ਪੁੱਛੀ ਉਹਦਾ ਨਾਂ। ਥੈਂਕ ਯੂ ਬਾਈ ਸਾਰਿਆਂ ਦਾ। ਥੈਂਕ ਯੂ। ਨੋਟ ਕਰਨਾ ਬਾਈ, ਮੈਂ ਇੱਕ ਸਾਲ ਬਾਅਦ 'ਚ ਤੁਸੀਂ ਆਖਣਾ ਮੈਂ ਗੁਰੀ ਦਾ ਪਹਿਲਾ ਲਾਈਵ ਸ਼ੋਅ ਦੇਖਿਆ ਸੀ। ਆਹ ਜਿਹੜੀ ਇੱਕ ਵਾਰੀ ਹੋਰ ਗੱਲ ਆ ਨਾ, ਐਵੇਂ ਨਹੀਂ ਮੈਂ ਕਹਿੰਦਾ ਮੈਂ ਦੁਬਾਰਾ ਦੋ ਕੰਮ ਕਰਦਾ, ਇਹ ਕਰ ਨਹੀਂ ਦਿੰਦੇ ਬਾਈ ਟਾਈਮ ਨਹੀਂ। ਇੱਕ ਵਾਰੀ ਹੋਰ ਆਇਆ, ਕੋਈ ਚੱਕਰ ਨਹੀਂ, ਆਇਆ ਹੁਣ ਆਇਆ ਐਸ ਐਚ ਓ ਗਾ ਦੇ, ਠੀਕ ਆ ਆ ਲੈਂਦੇ ਐਸ ਐਚ ਓ ਆ ਗਿਆ, ਠੀਕ
ਆਉਂਦਾ ਆਉਂਦਾ ਬਾਈ ਮੈਂ ਤੈਨੂੰ ਜਾਣਦਾ, ਤੂੰ ਵੀ ਜਾਣਦਾ ਜੇ ਤੈਨੂੰ ਪਹਿਲੋਂ ਨਹੀਂ ਸੀ ਪਤਾ। ਥੋਡੀਆਂ ਹੁੰਦੀਆਂ ਪ੍ਰਮੋਸ਼ਨਾਂ ਸਾਡੇ ਪਰਚੇ ਨੇ, ਤੇਰਾ ਚੰਗਿਆਂ ਚ ਨਾਮ ਕੁੜੇ ਸਾਡੇ ਬੁਰਿਆਂ ਚ ਚਰਚੇ ਨੇ। ਹੋ ਜਿੰਨਾ ਮੈਂ ਹਾਂ ਕਰਦਾ ਉਹ ਨਹੀਂ ਤੂੰ ਵੀ ਕਰਦੀ ਐ, ਨੀ ਹੁਣ ਦੱਸ ਆਪਣੇ ਗੁਨਾਹ ਕਬੂਲਾਂ ਜਾਂ ਫਿਰ ਲਿਆ ਲਕੋਨੀ। ਮੇਰਾ ਮੋਸਟ ਵਾਂਟਡ ਬੰਦਿਆਂ ਦੇ ਨਾਲ ਨਾਮ ਜੁੜਿਆ ਏ, ਤੇ ਤੂੰ ਠਾਣੇ ਵਿੱਚ ਲੱਗੀ ਹੋਈ ਐ ਐਸ ਐਚ ਓ ਨੀ। ਮੇਰਾ ਗੈਰ ਕਾਨੂੰਨੀ ਧੰਦਿਆਂ ਦੇ ਨਾਲ ਨਾਮ ਜੁੜਿਆ ਏ, ਤੇ ਤੂੰ ਕਾਨੂੰਨੀ ਤੌਰ ਤੇ ਲੱਗੀ ਐਸ ਐਚ ਓ ਨੀ। ਅਗਲਾ ਕਹਿੰਦਾ ਮੈਨੂੰ ਲੱਗਦਾ ਓਕੇ ਸੌਰੀ ਬਾਈ ਕੋਈ ਤੁਹਾਡੀ ਮਾਰ ਦੋ ਕੁੜੀ ਲਈ। ਮੈਨੂੰ ਟੈਨਸ਼ਨ ਮੰਗਦੇ ਨੇ, ਬਿਨਾਂ ਕਲਾਉ ਵਿੱਚ ਆਉਣਾ ਚਾਹੁੰਦੇ ਸਾਡੇ ਲੈਵਲ ਤੇ ਨਹੀਂ ਹਾਰਦੀ ਹੈ।